ਈ ਲਾਈਟ ਸੇਵਿੰਗਸ ਬੰਦੀ ਹਮੇਸ਼ਾ ਹੀ ਚਰਚਾ ਚੱਲਦੀ ਆ ਸਾਲ ਦੇ ਵਿੱਚ ਦੋ ਵਾਰੀ ਜਦੋਂ ਅਸੀਂ ਕਲੌਕ ਅੱਗੇ ਪਿੱਛੇ ਕਰਦੇ ਆ ਤਾਂ ਇਹਦੇ ਬਾਰੇ ਚਰਚਾ ਚੱਲਦੀ ਆ ਵੀ ਇਹ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ ਮੰਗ ਉੱਠ ਰਹੀ ਆ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਅਬਜ਼ਰਵ ਕੀਤੀ ਜਾਂਦੀ ਆ ਵੀ ਇਹਨੂੰ ਬੰਦ ਕਰ ਦੇਣਾ ਚਾਹੀਦੀ ਆ ਘੜੀਆਂ ਦੀਆਂ ਸੂਈਆਂ ਇੱਕ ਥਾਂ ਦੇ ਉੱਤੇ ਪੱਕੀਆਂ ਰੱਖੋ ਜਿੱਦਾਂ ਕੁਝ ਦੇਸ਼ਾਂ ਦੇ ਵਿੱਚ ਆ ਜਾਂ ਜਿਵੇਂ ਇੰਡੀਆ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ ਇਹਨੂੰ ਬਦਲੋ ਨਾ ਇਹਨੂੰ ਉਸੇ ਤਰੀਕੇ ਨਾਲ ਰੱਖਿਆ ਜਾਵੇ ਕੀਤੀ ਕਿਉਂ ਜਾਂਦੀ ਆ ਕਈ ਲੌਜਿਕ ਨੇ ਇਹਦੇ ਇੱਕ ਤੇ ਇਹ ਕਹਿੰਦੇ ਆ ਵੀ ਜਿੱਦਾਂ ਹੁਣ ਅਸੀਂ 1 ਘੰਟਾ ਅੱਗੇ ਕਰ ਦਿੱਤੀਆਂ ਸੂਈਆਂ ਸ਼ਨੀਵਾਰ ਰਾਤ ਨੂੰ 2 ਵਜੇ ਜਦੋਂ ਇਹ ਅੱਗੇ ਹੋਈਆਂ 1 ਘੰਟੇ ਦਾ ਫਰਕ ਪਿਆ ਤਾਂ ਉਹਦੇ ਨਾਲ ਹੋਊਗਾ ਕਿ ਕਿ ਸ਼ਾਮ ਨੂੰ ਹੁਣ ਆ ਜਿਆਦਾ ਸਮਾਂ ਮਿਲ ਜਾਊਗਾ ਲੋਕਾਂ ਨੂੰ ਬਾਹਰ ਖੇਡਣ ਦੇ ਲਈ ਜਾਂ ਕਹਿ ਲਓ ਆ ਚੋਰਾ ਨੂੰ ਸਮਾਂ ਘੱਟ ਮਿਲੂਗਾ ਇਦਾਂ ਦੀ ਐਕਟੀਵਿਟੀ ਕਰਨ ਦੇ ਲਈ ਨੇਰੇ ਦੇ ਵਿੱਚ ਜਿਹੜੀ ਲਾਈਫ ਆ ਲੋਕਾਂ ਦੀ ਜਿਹੜੀ ਆਊਟਡੋਰ ਲਾਈਫ ਆ ਉਹ ਵੱਧ ਜਾਊਗੀ ਉਹਦੇ ਵਿੱਚ ਲੋਕ ਜ਼ਿਆਦਾ ਬਾਹਰ ਜਾ ਕੇ ਆਪਣੀਆਂ ਐਕਟੀਵਿਟੀਆਂ ਕਰ ਸਕਦੇ ਆ ਇਹ ਇਹਦਾ ਮਕਸਦ ਆ ਕਿ ਜਦੋਂ ਲੋਕਾਂ ਨੂੰ ਮਤਲਬ ਜੇ ਲੋਕ 9 ਵਜੇ ਸੌਂਦੇ ਆ ਤੇ 8 ਵਜੇ ਤੱਕ ਜੇ ਸੂਰਜ ਰਹਿੰਦਾ ਜਾਂ ਉਹਨਾਂ ਨੂੰ ਲੱਗਦਾ ਕਿ ਦਿਨ ਆ ਤਾਂ ਲੋਕ ਜ਼ਿਆਦਾ ਬਾਹਰ ਘੁੰਮਣਗੇ ਜਾਂ ਉਹਨਾਂ ਸਮੇਂ ਤੱਕ ਲੋਕਾਂ ਕੋਲੇ ਜ਼ਿਆਦਾ ਮੌਕਾ ਹੋਊਗਾ ਕਿ ਉਹ ਬਾਹਰ ਘੁੰਮ ਸਕਦੇ ਆ ਚਾਨਣ ਦੇ ਵਿੱਚ ਤੇ ਮੁੜ ਕੇ ਜਦੋਂ ਨਵੰਬਰ ਦੇ ਵਿੱਚ ਘੜੀਆਂ ਫੇਰ ਪਿੱਛੇ ਨੂੰ ਕਰ ਲੈਂਦੀਆਂ ਜਾਂਦੀਆਂ ਹੁਣ ਇਹ ਕੈਨੇਡਾ ਦੇ ਵਿੱਚ ਵੀ ਪਹਿਲੀ ਗੱਲ ਤੇ ਸਾਰੀ ਦੁਨੀਆ 'ਚ ਨਹੀਂ ਇਦਾਂ ਕੀਤਾ ਜਾਂਦਾ ਦੁਨੀਆ ਦੇ ਕਈ ਮੁਲਕਾ ਜਿੱਥੇ ਕਦੇ ਕੀਤਾ ਜਾਂਦਾ ਸੀ ਹੁਣ ਬੰਦ ਹੋ ਗਿਆ ਜਿਦਾਂ ਇੰਡੀਆ ਆ ਕਈ ਮੁਲਕਾ ਜਿੱਥੇ ਕੀਤਾ ਜਾਂਦਾ ਆ ਹੁਣ ਵੀ ਜੈ ਕੈਨੇਡਾ ਅਮਰੀਕਾ ਦੁਨੀਆ ਦੇ ਕਈ ਦੇਸ਼ ਆ ਜਿੱਥੇ ਇਹ ਕਦੇ ਵੀ ਨਹੀਂ ਕੀਤਾ ਗਿਆ ਹਾਲਾਂਕਿ ਬਹੁਤ ਥੋੜੇ ਆ ਪਰ ਬਹੁਤ ਵੱਡਾ ਹਿੱਸਾ ਇੱਕ ਉਹ ਵੀ ਹੈਗਾ ਆ ਜਿਹੜੇ ਇੱਥੇ ਆਪਣੇ ਪ੍ਰੋਇਸ ਤੇ ਟੈਰੀਟਰੀਜ਼ ਦੇ ਵਿੱਚ ਜਿਹੜੇ 8 ਹੈਗੇ ਆ ਉਹਨਾਂ ਦੇ ਵਿੱਚ ਡੇ ਲਾਈਫ ਸੇਵਿੰਗ ਹੁੰਦੀ ਆ ਚਾਉਂ ਦੇ ਵਿੱਚ ਕੁਝ ਪਾਰਟਸ ਦੇ ਵਿੱਚ ਹੁੰਦੀ ਆ ਜਿਦਾ ਅਲਬਰਟਾ ਹੋ ਗਿਆ ਜਾਂ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਹੋ ਗਈਆਂ ਦੂਜੀਆਂ ਹੋ ਗਈਆਂ ਉਹਨਾਂ ਦੇ ਵਿੱਚ ਜਾਂ ਬ੍ਰਿਟਿਸ਼ ਕੋਲੰਬੀਆ ਦੇ ਵੀ ਕੁਝ ਪਾਰਟਸ ਦੇ ਵਿੱਚ ਇਹ ਨਹੀਂ ਕੀਤੀ ਜਾਂਦੀ ਸੋ ਅਲਬਰਟਾ ਦੇ ਵਿੱਚ ਕੀਤੀ ਜਾਂਦੀ ਆ ਜਿਹੜੀਆਂ ਨੋਵਾ ਸਕੋਸ਼ੀਆ ਬ੍ਰਿਟਿਸ਼ ਕੋਲੰਬੀਆ ਇਹਨਾਂ ਦੇ ਵਿੱਚ ਇਹ ਹਿਸਾਬ ਦੇ ਨਾਲ ਕੀਤੀ ਜਾਂਦੀ ਹੈ ਤੇ ਕੁਝ ਹਿੱਸਿਆਂ ਦੇ ਵਿੱਚ ਇਹਨਾਂ ਦੇ ਵਿੱਚ ਇਹ ਜਿਹੜੀ ਆ ਉਹ ਨਹੀਂ ਕੀਤੀ ਜਾਂਦੀ ਇਹਦੇ ਪਿੱਛੇ ਕਦੋਂ ਸ਼ੁਰੂ ਹੋਈ ਹੈ ਕੀ ਗੱਲ ਸਭ ਤੋਂ ਪਹਿਲਾਂ 1908 ਦੇ ਨੇੜੇ-ਤੇੜੇ ਕੈਨੇਡਾ ਦੇ ਵਿੱਚ ਕਹਿੰਦੇ ਡਾਇਰੈਕਟ ਸੇਵਿੰਗ ਹੋਈ ਸੀ Uh, 1908 ਤੋਂ ਲੈ ਕੇ ਤੇ ਬਾਅਦ ਦੇ ਵਿੱਚ 2024 ਤੱਕ 24 ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦੀ ਰਹੀ ਹੈ ਪਹਿਲਾ ਜਿਹੜਾ ਡੇ ਲਾਈਟ ਸੇਵਿੰਗ ਹੁੰਦੀ ਸੀ ਉਹ 1913 ਦੇ ਵਿੱਚ ਦੱਸਦੇ ਆ 1 ਜੁਲਾਈ 1908 ਨੂੰ ਜਿਹੜੇ ਪੋਰਟ ਆਰਥਰ ਐਂਟਰੀਓ ਜਿਹੜਾ ਹੁਣ ਐਸੇ ਥੰਡਰ ਬੇ ਕਹਿੰਦੇ ਆ ਉੱਥੇ ਜਿਹੜੇ ਕਲੌਕ ਆ ਲੋਕਾਂ ਨੇ ਇੱਕ ਘੰਟਾ ਅੱਗੇ ਕਰ ਲਿਆ ਸੀ ਤੇ ਦੁਨੀਆ ਦੇ ਵਿੱਚ ਕਿਉਂਕਿ ਇਹ ਕੈਨੇਡਾ ਦੇ ਵਿੱਚ ਖਾਸ ਗੱਲ ਬਾਤ ਇਸ ਕਰਕੇ ਵੀ ਹੁੰਦੀ ਆ ਜੇ ਅੱਜ ਅਸੀਂ ਕਰ ਰਹੇ ਹਾਂ ਕਿਉਂਕਿ ਇਹ ਰਿਵਾਜ ਦੁਨੀਆ ਦੇ ਵਿੱਚ ਕੈਨੇਡਾ ਨੇ ਪਾਇਆ ਸਭ ਤੋਂ ਪਹਿਲਾਂ ਜਿਹੜਾ ਕਲੌਕ ਅੱਗੇ ਕਰਨ ਵਾਲਾ ਕੰਮ ਦੁਨੀਆ ਦੇ ਵਿੱਚ ਕੈਨੇਡਾ ਨੇ ਕੀਤਾ ਸੀ ਤੇ ਹੁਣ ਬੰਦ ਕਰਨ ਦਾ ਵੀ ਇਹੀ ਗੱਲਬਾਤ ਕਰ ਰਹੀ ਆ ਥੋੜੇ ਸਾਲ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਨੂੰਨ ਲਿਆਂਦਾ ਗਿਆ ਹੋ ਸਕਦਾ ਬੰਦ ਹੋ ਜਵੇ ਪਰ ਇਹਦਾ ਰੌਲਾ ਇਹ ਆ ਵੀ ਇਹਦਾ ਹਿਸਾਬ ਕਿਤਾਬ ਬਾਕੀ ਦੇਸ਼ਾਂ ਦੇ ਨਾਲ ਉਸੇ ਤਰ੍ਹਾਂ ਦਾ ਆ ਫਲਾਈਟਾਂ ਦਾ ਹੋਰ ਕਿੰਨੇ ਹਿਸਾਬ ਕਿਤਾਬ ਨੇ ਅਮਰੀਕਾ ਦੇ ਨਾਲ ਵੀ ਇਹ ਚੀਜ਼ ਜਿਹੜੀ ਆ ਇਹ ਜੁੜੀ ਆ ਸੋ ਸਭ ਤੋਂ ਪਹਿਲਾ ਡੇ ਲਾਈਟ ਸੇਵਿੰਗ ਪੀਰੀਅਡ ਇੱਥੇ ਕੈਨੇਡਾ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਮੁੜ ਕੇ 1914 ਦੇ ਵਿੱਚ ਰਜਾਇਨਾ ਨੇ ਕੀਤਾ ਇਹ ਸਿਸਕਾਚ ਬੰਦੇ ਵਿੱਚ ਇਹਨਾਂ ਨੇ ਇੰਪਲੀਮੈਂਟ ਕੀਤਾ ਵਿਨੀਪੈਗ ਦੇ ਵਿੱਚ ਕੁਝ ਸ਼ਹਿਰਾਂ ਨੇ ਤੇ ਹੌਲੀ-ਹੌਲੀ ਜਿਹੜਾ ਇਹ ਫਿਰ 1916 ਤੋਂ ਬਾਅਦ ਚੱਲਦਾ ਚੱਲਦਾ ਜਿਹੜਾ ਐਸ ਵੇਲੇ ਚਲੇ ਗਿਆ ਹੁਣ ਜਿਹੜਾ ਕਈ ਮਿਊਸਿਪੈਲਿਟੀਆਂ ਦੇ ਵਿੱਚ ਲੈਜਿਸਲੇਸ਼ਨ ਆ ਰਿਹਾ ਵੱਖਰੀਆਂ-ਵੱਖਰੀਆਂ ਦੇ ਵਿੱਚ ਕਿ ਪਹਿਲਾਂ ਅਲੱਗ-ਅਲੱਗ ਮਿਊਸਿਪੈਲਿਟੀ ਨੇ ਡਿਸਾਈਡ ਕੀਤਾ ਸੀ ਡਾਇਰੈਕਟ ਸੇਵਿੰਗ ਓਬਜ਼ਰਵ ਕਰਨੀ ਹੈ ਭਾਵੇਂ ਮਾਰਚ 'ਚ ਘੜੀਆਂ 1 ਘੰਟਾ ਅੱਗੇ ਤੇ ਮੁੜ ਕੇ ਨਵੰਬਰ ਦੇ ਵਿੱਚ 1 ਘੰਟਾ ਪਿੱਛੇ ਕਰਨੀਆਂ ਆ ਹੁਣ ਉਲਟਾ ਹੋ ਰਿਹਾ ਹੁਣ ਇੱਕ ਇੱਕ ਕਰਕੇ ਕਈ ਟੈਰਾ ਜਿਹੜੀਆਂ ਮਿਊਸਿਪੈਲਿਟੀਆਂ ਨੇ ਜਾਂ ਪ੍ਰੋਵਿੰਸਸ ਨੇ ਉਹ ਇਹ ਫੈਸਲਾ ਕਰ ਰਹੇ ਆ ਕਿ ਇਹਨੂੰ ਨਿਆ ਲਿਆਂਦਾ ਜਾਵੇ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਝ ਲੋਕੇਸ਼ਨਸ ਨੇ ਜਿਵੇਂ ਜਿਹੜੀ ਆਹ ਕ੍ਰਸਟਨ ਜਾਂ ਫੋਰਟ ਨੈਲਸਨ ਆ ਫੋਰਟ ਸੇਟ ਜੋਨਸ ਆ ਇਹਨਾਂ ਥਾਵਾਂ ਦੇ ਉੱਤੇ ਨਈ ਅਬਜ਼ਰਵ ਕੀਤਾ ਜਾਂਦਾ ਏਕੋ ਟਾਈਮ ਰਹਿੰਦਾ ਸਾਰਾ ਸਾਲ ਸਸਕਾਚਵਿਨ ਆ ਉੱਥੇ ਆਪੋਜ਼ਿਟ ਆ ਪ੍ਰੋਵਿੰਸ ਦੇ ਬਹੁਤੇ ਹਿੱਸੇ ਦੇ ਵਿੱਚ ਉਹ ਚੇਂਜ ਨਹੀਂ ਕਰਦੇ ਸੰਸਕਾਰਚਵਨ ਦੇ ਵਿੱਚ ਕੁਝ ਕੁ ਥਾਵਾਂ ਆ ਕੁਝ ਕੁ ਲੋਕੇਸ਼ਨਸ ਆ ਜਿੱਥੇ ਉਹ ਇਹ ਅਬਜ਼ਰਵ ਕਰਦੇ ਆ ਆ ਐਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਥਾਵਾਂ ਦੇ ਉੱਤੇ ਆ ਡੇ ਲਾਈਟ ਸੇਵਿੰਗ ਅਸਲ ਦੇ ਵਿੱਚ ਜਿਹੜੀ ਇਹ 2 ਵਜੇ ਸ਼ੁਰੂ ਹੁੰਦੀ ਆ ਆਪਣੇ ਮਾਰਚ 10 ਨੂੰ ਤੇ ਫੇਰ ਐਸੇ ਤਰੀਕੇ ਨਾਲ ਭਲੇ 8 ਮਹੀਨੇ ਦਾ ਇੱਕ ਟਾਈਮ ਪੀਰੀਅਡ ਆ ਏ ਜਿਹਦੇ ਵਿੱਚ ਮੈਜੋਰਟੀ ਜਿਹੜੀ ਹੈਗੀ ਆ ਉਹ ਇਹਨੂੰ ਅਬਜ਼ਰਵ ਕਰਦੀ ਆ ਤੇ ਅੱਗੇ ਜਿਹੜਾ ਸਪ੍ਰਿੰਗ ਫਾਰਵਰਡ ਆ ਮਾਰਚ ਦੇ ਵਿੱਚ ਤੇ ਮੁੜ ਕੇ ਜਿਹੜਾ ਇਹ ਸਮਰ ਦੇ ਵਿੱਚ ਐਸੇ ਤਰੀਕੇ ਦੇ ਨਾਲ ਜਿਹੜਾ ਰਹਿੰਦਾ ਹੁਣ ਸਮੱਸਿਆ ਇੱਥੇ ਆ ਰਹੀ ਆ ਕਿ ਜਿਹੜੇ ਕੁਝ ਸਟੱਡੀਜ਼ ਹੋ ਰਹੀਆਂ ਉਹ ਇਹਦਾ ਨੁਕਸਾਨ ਦੱਸਦੇ ਆ ਵੀ ਜਿਹੜਾ ਇਹਦਾ ਰਿਸਕ ਆ ਜ਼ਿਆਦਾ ਹੋ ਜਾਂਦਾ ਕਾਰ ਕ੍ਰੈਸ਼ੇਸ ਦੇ ਵਿੱਚ ਇੰਗਲੈਂਡ ਦੀ ਨਿਊ ਗਲੈਂਡ ਦੇ ਵਿੱਚ ਇੱਕ ਜਿਹੜੀ ਸਟੱਡੀ ਹੋਈ ਸੀ ਜਿਹੜੀ ਬਾਅਦ ਵਿੱਚ ਜਰਨਲ ਦੇ ਵਿੱਚ ਛਪੀ ਆ ਕਾਰ ਕਰੈਸ਼ਸ ਦੇ ਵਿੱਚ ਸਭ ਤੋਂ ਵੱਧ ਵਾਧਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਹਾਰਟ ਅਟੈਕ ਦੇ ਵਿੱਚ ਵਾਧਾ ਹੁੰਦਾ ਡੇ ਲਾਈਟ ਸੇਵਿੰਗ ਦੇ ਨਾਲ ਜਿਹੜਾ ਜਿਹੜਾ ਇੱਕ ਸੋਸ਼ਲ ਜੈਟ ਲæg ਕਹਿੰਦੇ ਆ ਉਹ ਫੀਨੋਮੇਨਾ ਪੈਦਾ ਹੋ ਰਿਹਾ ਜਿੱਥੇ ਲੋਕ ਉਹਨਾਂ ਦੀ ਸਲੀਪ ਡਿਸਟਰਬਡ ਹੋ ਰਹੀ ਆ ਜਿਹੜਾ ਕਿਹਾ ਇਹ ਜਾ ਰਿਹਾ ਕਿ ਜਿੱਦਾਂ ਸਹਾਕਤਵ ਚੱਲਦਾ ਕੁਦਰਤ ਦਾ ਉਸੇ ਹਿਸਾਬ ਨਾਲ ਚੱਲਣਾ ਚਾਹੀਦਾ ਇਹਦੇ ਚ ਦਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਜਿੰਨੇ ਵਜੇ ਸੂਰਜ ਸ਼ੇਪਦਾ ਉਹਦੇ ਹਿਸਾਬ ਨਾਲ ਹੀ ਸਾਰਾ ਕੁਝ ਚੱਲਣ ਦਿਓ ਪਰ ਇਹ ਹੁਣ ਕਿਉਂਕਿ ਇਹ ਕੀਤਾ ਜਾ ਰਿਹਾ ਤੇ ਇਹਦੇ ਇਫੈਕਟ ਸਾਹਮਣੇ ਆ ਰਹੇ ਆ ਹੁਣ ਇਹਦੇ ਦੋਵੇਂ ਪੱਖ ਦੱਸੇ ਜਾ ਰਹੇ ਆ ਕੁਝ ਲੋਕ ਇਹਦਾ ਫਾਇਦਾ ਦੱਸਦੇ ਆ ਤੇ ਕੁਝ ਲੋਕ ਇਹਦਾ ਨੁਕਸਾਨ ਦੱਸਦੇ ਆ ਸੋ ਇਹਦਾ ਅਸਲ ਦੇ ਵਿੱਚ ਇੱਕ ਤੇ ਹੈਗਾ ਕਿ ਤੁਹਾਨੂੰ ਡੇ ਲਾਈਟ ਜ਼ਿਆਦਾ ਮਿਲ ਜਾਂਦੀ ਹੈ ਸ਼ਾਮ ਨੂੰ ਜਿਹੜੀ ਆਊਟਡੋਰ ਐਕਟੀਵਿਟੀਜ਼ ਦੇ ਲਈ ਸਪੋਰਟਸ ਦੇ ਲਈ ਲੇਜਰ ਦੇ ਲਈ ਜ਼ਰੂਰੀ ਆ ਦੂਜਾ ਇਹ ਦੱਸਦੇ ਆ ਕਿ એનર્ਜੀ ਕਨਜ਼ਰਵ ਹੁੰਦੀ ਹੈ। ਕੋਸ਼ਿਸ਼ ਸਟੱਡੀਜ਼ ਇਹ ਵੀ ਦੱਸਦੀਆਂ ਆ ਕਿ ਡੇ ਲਾਈਟ ਸੇਵਿੰਗ ਦੇ ਨਾਲ ਜਿਹੜੀ એનર્ਜੀ ਕੰਜ਼ਮਪਸ਼ਨ ਆ ਘਟ ਗਈ ਕਿਉਂਕਿ ਲੋਕ ਘੱਟ ਜਿਹੜੀ ਲਾਈਟ ਯੂਜ਼ ਕਰਨੀ ਆ ਆਰਟੀਫੀਸ਼ੀਅਲ ਲਾਈਟ ਯੂਜ਼ ਕਰਨਗੇ। ਵੀ 10-11 ਵਜੇ ਤੱਕ ਤਾਂ ਸੂਰਜ ਹੀ ਆ ਤਾਂ ਲਾਈਟ ਕਿਹੜੇ ਵੇਲੇ ਯੂਜ਼ ਕਰਨੀ ਸੌਂ ਜਾਣਾ, ਸਵੇਰੇ ਉੱਠਦੇ ਨੂੰ ਫੇਰ ਚਾਨਣ। ਉਹ ਘੰਟਾ ਅੱਗੇ ਪਿਛੇ ਕਰਨ ਦੇ ਨਾਲ ਉਹ ਹੋਰ ਜ਼ਿਆਦਾ ਹੋ ਜਾਂਦੀ ਹੈ। ਰਿਟੇਲ ਤੇ ਟੂਰਿਜ਼ਮ ਬੂਸਟਰ ਹੁੰਦਾ। ਲੋਕ ਜ਼ਿਆਦਾ ਘੁੰਮਦੇ ਫਿਰਦੇ ਆ। ਵੱਡਾ ਫਾਇਦਾ ਇਹਦੇ ਨਾਲ ਹੋ ਰਿਹਾ। ਦੂਜੇ ਨਾਲ ਫਿਜ਼ੀਕਲ ਐਕਟੀਵਿਟੀ ਪ੍ਰਮੋਟ ਹੋ ਰਹੀ ਹੈ ਲੋਕ ਖੇਲ ਝੂਲ ਕਰ ਰਿਹਾ ਹੈ ਬਾਹਰ ਨਿਕਲ ਕੇ ਸੇਫਟੀ ਬੈਨੀਫਿਟਸ ਨੇ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਡੇ ਲਾਈਟ ਸੇਵਿੰਗ ਦੇ ਨਾਲ ਸੇਫਟੀ ਵਧਦੀ ਹੈ ਕਿਉਂਕਿ ਜਿਹੜੇ ਐਕਸੀਡੈਂਟਸ ਜਾਂ ਜਿਹੜੀਆਂ ਫਟੈਲਿਟੀਆਂ ਨੇ ਜਾਂ ਦਿਸਦੀਆਂ ਬਹੁਤ ਕੁਝ ਨੁਕਸਾਨ ਇਹ ਆ ਕਿ ਜਿਹੜਾ ਤੁਹਾਡਾ ਸਰਕੇਡੀਅਨ ਰਿਦਮ ਆ ਇੱਕ ਬਾਡੀ ਦਾ ਆਪਣਾ ਰਿਦਮ ਚੱਲ ਰਿਹਾ ਆ ਉਹਨੂੰ ਡਿਸਟਰਬ ਕਰ ਦਿੰਦਾ ਇਹ ਇਹਨੂੰ ਤੁਸੀਂ ਅੱਗੇ ਪਿੱਛੇ ਕਰੀ ਜਾਓਗੇ ਉਹ ਬਾਡੀ ਦਾ ਰਿਦਮ ਉਸ ਰਿਦਮ ਦੇ ਨਾਲ ਮੈਚ ਨਹੀਂ ਕਰਦਾ ਤੇ ਉੱਥੇ ਗੜਬੜ ਹੋ ਜਾਂਦੀ ਹੈ ਹੈਲਥ ਇਸ਼ੂਜ਼ ਆਉਂਦੇ ਆ ਰਿਸਰਚਸ ਇਹ ਵੀ ਦੱਸਦੀਆਂ ਕਿ ਇਹ ਤੁਹਾਡਾ ਹਾਰਟ ਅਟੈਕ ਆ ਸਟ੍ਰੋਕ ਆ ਦੂਜੀਆਂ ਹੈਲਥ ਪ੍ਰੋਬਲਮਸ ਆ 슬ੀਪ ਪੈਟਰਨ ਆ ਸਟ੍ਰੈਸ ਆ ਬਾਡੀ ਦੇ ਵਿੱਚ ਅਗਲੇ ਦਿਨ ਦੇ ਵਿੱਚ ਸਾਰਾ ਖਰਾਬ ਹੋ ਜਾਂਦਾ ਇਹ ਮੈਂਟਲ ਹੈਲਥ ਦੇ ਉੱਤੇ ਬਹੁਤ ਵੱਡਾ ਨੈਗੇਟਿਵ ਇੰਪੈਕਟ ਇਹਦਾ ਪੈ ਰਿਹਾ ਇਸ ਕਰਕੇ ਵੀ ਇਹਨੂੰ ਇੱਥੇ ਬੰਦ ਕਰਨ ਦੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਆ ਕਨਫਿਊਜ਼ਨ ਸਭ ਤੋਂ ਵੱਧ ਪੈਦਾ ਹੋ ਰਿਹਾ ਟਾਈਮ ਚੇਂਜ ਨੂੰ ਅਡਜਸਟ ਕਰਨ ਦੇ ਨਾਲ ਤੁਸੀਂ ਕਨਫਿਊਜ਼ ਹੋ ਰਹੇ ਹੋ ਔਰ ਦੂਜੀ ਗੱਲ ਇਹਦੀ ਆਰਥਿਕ ਕੀਮਤ ਵੀ ਆ ਇਕਨੋਮਿਕ ਕੋਸਟ ਵੀ ਆ ਕੁਝ ਇਸ ਗੱਲ ਦੇ ਉੱਤੇ ਵੀ ਜਿਹੜੇ ਇਕਨੋਮਿਸਟ ਨੇ ਉਹ ਆਰਗੂ ਕਰਦੇ ਆ ਕਿ ਕਲੌਕ ਅਡਜਸਟ ਕਰਨ ਦੇ ਨਾਲ ਪ੍ਰੋਡਕਟਿਵਿਟੀ ਦਾ ਲਾਸ ਹੋ ਰਿਹਾ ਤੇ ਜਿਹੜੀ ਬੈਨੀਫਿਟ ਉਹਦਾ એનર્ਜੀ ਸੇਵਿੰਗ ਦਾ ਤੇ ਉਹ ਸਾਰੇ ਕੁਝ ਦੇ ਬਜਾਏ ਇਹ ਜ਼ਿਆਦਾ ਨੁਕਸਾਨ ਕੀਤਾ ਜਾ ਰਿਹਾ ਸੋ ਇੱਕ ਇੱਕ ਕਰਕੇ ਕਈ ਥਾਵਾਂ ਦੇ ਤੋਂ ਮੰਗਾ ਉੱਠ ਰਹੀਆਂ ਇੱਥੋਂ ਹੀ ਨੀ ਅਮਰੀਕਾ ਦੇ ਵਿੱਚੋਂ ਵੀ ਸੈਕਲਮੈਂਟੋ ਨੇ ਵੀ ਇੱਕ ਆਪਣਾ ਬਿੱਲ ਲੈ ਕੇ ਆਂਦਾ ਜਿਹਦੇ ਤਹਿਤ ਉਹ ਕਹਿ ਰਿਹਾ ਕਿ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਕਿਧਰਲੇ ਪਾਸੇ ਜਾਂਦੀ ਹੈ ਅਗਲਾ ਦੋਸਤੋ ਕੱਲ੍ਹ ਸ਼ਾਮ ਤੋਂ ਜਿਹੜਾ ਰਮਜ਼ਾਨ ਦਾ ਮਹੀਨਾ ਆ ਉਹ ਸ਼ੁਰੂ ਹੋ ਗਿਆ ਬਹੁਤ ਪਵਿੱਤਰ ਮਹੀਨਾ ਹੁੰਦਾ ਏ ਮੁਸਲਿਮਸ ਦੇ ਲਈ ਇਸ ਦਿਨ ਇਹ ਐਤਵਾਰ ਸ਼ਾਮ ਤੋਂ ਇਹਦੀ ਸ਼ੁਰੂਆਤ ਮੰਨੀ ਜਾਂਦੀ ਆ ਜਿਹੜੇ ਅਫੀਸ਼ੀਅਲਸ ਨੇ ਸਾਊਦੀ ਅਰੇਬੀਆ ਦੇ ਵਿੱਚ ਜਿਹੜਾ ਇਸਲਾਮ ਦੇ ਸਭ ਤੋਂ ਪਵਿੱਤਰ ਜਗ੍ਹਾ ਆ ਉਹਦਾ ਉੱਥੇ ਆ ਉਹਨਾਂ ਨੇ ਜਿਹੜਾ ਕ੍ਰੈਸੈਂਟ ਮੂਨ ਆ ਉਹਨੂੰ ਐਤਵਾਰ ਰਾਤ ਨੂੰ ਦੇਖਿਆ ਤੇ ਇਹਦੇ ਨਾਲ ਹੀ ਜਿਹੜਾ ਇਹ ਰਮਾਦਾਨ ਦਾ ਮਹੀਨਾ ਆ ਇਹ ਸ਼ੁਰੂ ਹੋ ਗਿਆ ਰਮضان ਦਾ ਮਤਲਬ ਇਹ ਹੈ ਕਿ ਫਾਸਟਿੰਗ ਹੁੰਦੀ ਹੈ ਲੋਕ ਵਰਤ ਰੱਖਦੇ ਆ ਰਮضان ਇੱਕ ਉਹ ਟਾਈਮ ਆ ਜਦੋਂ ਪੂਰੀ ਦੁਨੀਆ ਦੇ ਵਿੱਚਲੇ ਮੁਸਲਿਮਸ ਨੇ ਉਹ ਵਰਤ ਰੱਖਦੇ ਆ ਸੂਰਜ ਚੜਨ ਤੋਂ ਲੈ ਕੇ ਸੂਰਜ ਛਿਪਣ ਤੱਕ ਇਹ ਖਾਂਦੇ ਨਹੀਂ ਕੁਝ ਉਹਦੇ ਤੋਂ ਬਾਅਦ ਫਿਰ ਜਿਹੜਾ ਖਾਣਾ ਜਾਂ ਕੁਝ ਪੀਣਾ ਆ ਪਾਣੀ ਵਗੈਰਾ ਜਾਂ ਉਹ ਉਹਨੂੰ ਇਹਨੂੰ ਇਸ ਤਰੀਕੇ ਨਾਲ ਅਵਾਇਡ ਕੀਤਾ ਜਾਂਦਾ ਹੈ ਐਤਵਾਰ ਦੀ ਰਾਤ ਜਿਹੜੀ ਆ ਪਿਛਲੀ ਰਾਤ ਲੰਘ ਕੇ ਗਈ ਐ ਪਹਿਲੀ ਰਾਤ ਸੀ ਜਦੋਂ ਮੁਸਲਮਜ਼ ਜਿਹੜੇ ਆ ਉਹਨਾਂ ਨੇ ਇਹ ਕੀਤਾ ਇਹਨੂੰ ਸੌਹਰ ਕਹਿੰਦੇ ਆ ਜਿਹੜਾ ਉਹ ਭੋਜਨ ਜਿਹੜਾ ਫਜਰ ਤੋਂ ਪਹਿਲਾਂ ਕੀਤਾ ਜਾਂਦਾ ਸੋ ਪੰਜ ਜਿਹੜੀਆਂ ਨਮਾਜ਼ਾਂ ਹੁੰਦੀਆਂ ਉਹ ਇਹਦੇ ਤੋਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਪਰਫਾਰਮ ਕੀਤੀਆਂ ਜਾਂਦੀਆਂ ਸੋਮਵਾਰ ਯਾਨੀ ਕਿ ਅੱਜ ਰਾਤ ਨੂੰ ਪੂਰੇ ਕੈਨੇਡਾ ਦੇ ਵਿੱਚ ਜਿਹੜੇ ਮੁਸਲਮਜ਼ ਨੇ ਉਹ ਜਿਹੜਾ ਪਹਿਲਾ ਇਫਤਾਰ ਆ ਉਹ ਅਬਜ਼ਰਵ ਕਰਨਗੇ ਉਹ ਇਫਤਾਰ ਕੀ ਹੁੰਦਾ ਆ ਕਿ ਜਿਹੜਾ ਭੋਜਨ ਜਿਹੜਾ ਮਤਲਬ ਜਿਹੜਾ ਵਰਤ ਤੋੜਨ ਤੋਂ ਬਾਅਦ ਭੋਜਨ ਕੀਤਾ ਜਾਂਦਾ ਆ ਪਰਿਵਾਰ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਇਹ ਕਰਦੇ ਆ ਤੇ ਕਲਚਰਸ ਨੇ ਕਿ ਜਦੋਂ ਇਹ ਫਿਰ ਉਹਨੂੰ ਜਿਹੜਾ ਇਸ ਤਰੀਕੇ ਨਾਲ ਸੈਲੀਬ੍ਰੇਟ ਵੀ ਕੀਤਾ ਜਾਂਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਜਿਹੜਾ ਫਾਸਟ ਆ ਦੱਸਦੇ ਆ ਕਿ 5 ਵਜੇ ਸਵੇਰੇ ਸ਼ੁਰੂ ਹੋਇਆ ਅੱਜ ਸੋਮਵਾਰ ਨੂੰ ਤੇ ਜਿਹੜਾ ਇਹ 6 ਵਜੇ ਸ਼ਾਮ ਨੂੰ ਖਤਮ ਹੋਣਾ ਹੈ ਸੋ ਡੇ ਲਾਈਟ ਜਿਹੜਾ ਐਕਸਟੈਂਡ ਆ ਉਸ ਵੇਲੇ ਜਿਹੜਾ ਉਹਦੇ ਆਵਰਸ ਨੇ ਫਾਸਟਿੰਗ ਦੇ ਵਰਤ ਦਾ ਸਮਾਂ ਆ ਉਹ ਵੀ ਵਧਿਆ ਤੇ ਇਸ ਮਹੀਨੇ ਦੇ ਆਖਰ ਤੱਕ ਜਿਹੜੇ ਫਾਸਟਿੰਗ ਆਵਰਸ ਆ ਉਹ ਵਧਦੇ ਜਾਣੇ ਆ ਅਪਰੋਕਸੀਮੇਟਲੀ ਆਖਰ ਤੱਕ ਜਾਂ ਮਤਲਬ ਵਰਤ ਇਹਨੇ ਸੂਰਜ ਚੜਨ ਤੋਂ ਲੈ ਕੇ ਤੇ ਸੂਰਜ ਛਿਪਣ ਤੱਕ ਰੱਖਣਾ ਤੇ ਜਦੋਂ ਤੱਕ ਆਖਰ ਤੱਕ ਜਾਣਾ ਇਹ ਟਾਈਮ ਵਧਦਾ ਜਾਣਾ ਤੇ ਕਿਉਂਕਿ 6 ਵਜੇ ਸੂਰਜ ਛਿਪਦਾ ਫਿਰ ਹੌਲੀ ਹੌਲੀ ਇਹ 7 ਵਜੇ ਤੱਕ ਚੱਲਿਆ ਜਾਂਦਾ ਤੇ ਉਨਾਂ ਚਿਰ ਤੁਸੀਂ ਕੁਛ ਖਾ ਨਹੀਂ ਸਕਦੇ ਸੋ ਇਹ ਕਿਉਂਕਿ ਬਹੁਤ ਵੱਡੀ ਗਿਣਤੀ ਆ ਮੁਸਲਮ ਭਾਈਚਾਰੇ ਦੀ ਤੇ ਜਿਹੜੇ ਵੀ ਲੋਕ ਮਤਲਬ ਇਸ ਤਰੀਕੇ ਦੇ ਨਾਲ ਰੱਖਦੇ ਹੋ ਔਰ ਇਸ ਵੇਲੇ ਜਦੋਂ ਦੁਨੀਆ ਦੇ ਵਿੱਚ ਰੀਲ ਤੇ ਫਲਸਤੀਨ ਦਾ ਰੌਲਾ ਤੇ ਉਹ ਲੜਾਈ ਨਹੀਂ ਰੁਕ ਰਹੀ ਜਦੋਂ ਕਿ ਦੁਨੀਆ ਦੇ ਵੱਡੇ ਲੀਡਰਾਂ ਨੇ ਅਪੀਲਾਂ ਕੀਤੀਆਂ ਸੀ ਵੀ ਇਹਨੂੰ 6 ਹਫ਼ਤਿਆਂ ਦੇ ਲਈ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਵਿੱਚ ਰੋਕ ਲਈ ਜਾਵੇ ਸੀਜ਼ਫਾਇਰ ਕਰ ਲਿਆ ਜਾਵੇ ਪਰ ਉਹ ਸੀਜ਼ਫਾਇਰ ਵੀ ਨਹੀਂ ਹੋਇਆ ਤੇ ਇਹਦੇ ਨਾਲ ਨਾਲ ਉਹ ਲੜਾਈ ਵੀ ਚੱਲ ਰਹੀ ਆ ਤੇ ਇਸ ਵੇਲੇ ਜਿਹੜਾ ਇਹ ਇੱਕ ਪਵਿੱਤਰ ਮਹੀਨਾ ਆ ਉਹ ਵੀ ਅੱਜ ਤੋਂ ਸ਼ੁਰੂ ਹੋ ਗਿਆ ਬਹੁਤੀ ਦੁਨੀਆ ਦੋ ਤਿੰਨ ਬਿਮਾਰੀਆਂ ਦੇ ਨਾਲ ਪੀੜਤ ਆ ਕੈਂਸਰ ਸਟ੍ਰੋਕ ਤੇ ਹਾਰਟ ਅਟੈਕ ਹੁਣ ਕੈਂਸਰ ਦਾ ਇਲਾਜ ਨਹੀਂ ਕੋਈ ਲੱਭ ਰਿਹਾ ਕੇਸ ਲੱਭ ਰਿਹਾ ਇਲਾਜ ਲੱਭ ਰਿਹਾ ਬੰਦੇ ਦੀ ਜਿਹੜੀ ਸਰਵਾਈਵਲ ਉਹ ਵਧ ਰਹੀ ਆ ਪਰ ਸਮੱਸਿਆ ਕਿਤੇ ਨਾ ਕਿਸੇ ਤਰ੍ਹਾਂ ਉਸੇ ਥਾਂ ਦੇ ਉੱਤੇ ਖੜੀ ਆ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਯਤਨ ਕੀਤਾ ਜਾ ਰਿਹਾ ਕਿ ਜਿਹੜੀ ਬ੍ਰਿਟਿਸ਼ ਕਲੰਬੀਆ ਦੇ ਵਿੱਚ ਅਫੀਸ਼ੀਅਲ ਜ਼ਿਆ ਉਹਨੇ ਅਨਾਉਂਸਮੈਂਟ ਕੀਤੀ ਆ ਕਿ ਜਿਹੜੇ 25 ਕੈਂਸਰ ਪੇਸ਼ੈਂਟਸ ਆ ਉਹਨਾਂ ਨੂੰ ਜਲਦੀ ਇੱਕ ਇਮਿਊਨੋਥੈਰੇਪੀ ਜਿਹਨੂੰ CAR T ਸੈੱਲ ਥੈਰੇਪੀ ਕਿਹਾ ਜਾ ਰਿਹਾ CAR T ਸੈੱਲ ਥੈਰੇਪੀ ਉਹ ਦਿੱਤੀ ਜਾਊਗੀ ਜਿਨ੍ਹਾਂ ਪੇਸ਼ੈਂਟਸ ਨੂੰ CAR T ਸੈੱਲ ਥੈਰੇਪੀ ਮਿਲਦੀ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਚਾਂਸਸ ਆ ਕਿ ਉਹ ਠੀਕ ਹੋ ਜਾਣਗੇ ਅਨਾਉਂਸਮੈਂਟ ਕੀਤੀ ਹੈ ਪ੍ਰੀਮੀਅਰ ਡੇਵਿਡ ਏਬੀ ਨੇ ਹੈਲਥ ਬ੍ਰਿਸਟ ਰੇਡੀਅਨ ਡਿਕਸ ਨੇ ਕਿ ਜਿਹੜੀ ਇਹ ਪਲਾਨ ਆ ਕਾਰਟੀ ਸੈਲ ਥੈਰਾਪੀ ਦੀ ਵੈਨਕੂਵਰ ਦੇ ਵਿੱਚ ਅਵੇਲੇਬਲ ਹੋਊਗੀ एलिਜੀਬਿਲਟੀ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ 20 ਅਡਲਟ ਤੇ 5 ਬੱਚੇ ਜਿਨ੍ਹਾਂ ਦੇ ਵਿੱਚ ਲੁਕੇਮੀਆ ਜਿਹਨੂੰ ਅਸੀਂ ਬਲੱਡ ਕੈਂਸਰ ਕਹਿੰਦੇ ਆ ਤੇ ਲਿੰਫੋਮਾ ਬਹੁਤ ਐਡਵਾਂਸ ਸਟੇਜ ਤੇ ਪਹੁੰਚ ਗਿਆ ਉਹ एलिਜੀਬਲ ਨੇ ਇਸ ਥੈਰਾਪੀ ਦੇ ਲਈ ਪਹਿਲਾਂ ਇਹ ਸਿਰਫ ਇਹ ਥੈਰਾਪੀ ਤੇ ਪਹਿਲਾਂ ਵੀ ਸੀਗੀ ਪਰ ਐਕਸੈਸੀਬਲ ਸੀਗੀ ਸਿਰਫ ਕਲੀਨਿਕਲ ਟਰਾਇਲ ਦੇ ਬਾਅਦ ਦੇ ਬੇਸ ਤੇ ਤੇ ਤੁਹਾਨੂੰ ਬੋਤੀਵਰੀ ਪ੍ਰੋਵਿੰਸ ਤੇ ਬਾਹਰ ਟਰੈਵਲ ਕਰਕੇ ਜਾਣਾ ਪੈਂਦਾ ਸੀ ਤੇ ਉੱਥੇ ਹੁੰਦਾ ਸੀ ਕਾਰਟੀ ਸੈਲ ਥੈਰੇਪੀ ਹੈ ਕੀ ਆ ਇਹ ਇੱਕ ਕ੍ਰਾਂਤੀ ਦਤੀ ਜਾ ਰਹੀ ਆ ਜਿਹੜੀ ਪੇਸ਼ੈਂਟ ਦੇ ਆਪਣੇ ਇਮਿਊਨ ਸੈਲਸ ਜਿਹਨਾਂ ਨੂੰ T ਸੈਲਸ ਕਿਹਾ ਜਾਂਦਾ ਮਤਲਬ ਸਾਡੇ ਸਰੀਰ ਦੇ ਵਿੱਚ ਬਹੁਤ ਕੁਝ ਐਹੋ ਜਿਹਾ ਆ ਜਿਹੜਾ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਆ ਉਹ ਸਾਡੀ ਬਾਡੀ ਦੇ ਵਿੱਚੋਂ ਉਹਨਾਂ ਸੈੱਲਾਂ ਨੂੰ ਲੈ ਕੇ ਜਿਹਨੂੰ T ਸੈਲ ਕਿਹਾ ਜਾ ਰਿਹਾ ਇਸ ਤਰੀਕੇ ਨਾਲ ਬਾਡੀ ਦੇ ਵਿੱਚ ਰੱਖਿਆ ਜਾ ਰਿਹਾ ਕਿ ਸਾਡੀ ਬਾਡੀ ਦੇ ਆਪਣੇ ਸੈੱਲੀ ਕੈਂਸਰ ਨੂੰ ਖਤਮ ਕਰ ਦਿੰਦੇ ਰੋ ਅਟੈਕ ਕਰਦੇ ਆ ਕੈਂਸਰ ਸੈੱਲ ਨੂੰ ਉਹਨੂੰ ਖਤਮ ਕਰ ਦਿੰਦੇ ਆ ਇਹ ਕੀਤਾ ਕਦੋਂ ਜਾਂਦਾ ਜਦੋਂ ਜਿਹੜੀਆਂ ਸਾਡੀਆਂ ਰਵਾਇਤੀ ਚੀਜ਼ਾਂ ਨੇ ਜਿਹਦੇ ਨਾਲ ਇਲਾਜ ਕੀਤਾ ਜਾਂਦਾ ਕੈਂਸਰ ਦਾ ਰਵਾਇਤੀ ਵਿਧੀਆਂ ਨੇ ਜਿਨ੍ਹਾਂ ਚ ਕੀਮੋਥੈਰੇਪੀ ਵੀ ਆ ਰੇਡੀਏਸ਼ਨ ਵੀ ਆ ਜਦੋਂ ਉਹ ਇਫੈਕਟਿਵ ਨਾ ਹੋਣ ਜਦੋਂ ਉਹ ਜਵਾਬ ਦੇ ਦੇਣ ਕਿ ਬੰਦੇ ਨੂੰ ਕੀਮੋ ਵੀ ਕੀਤੀ ਜਾ ਰਹੀ ਹੈ ਕੀਮੋਥੈਰੇਪੀ ਵੀ ਕੀਤੀ ਜਾ ਰਹੀ ਹੈ ਉਹਨੂੰ ਰੇਡੀਏਸ਼ਨ ਵੀ ਦਿੱਤੀ ਜਾ ਰਹੀ ਹੈ ਪਰ ਉਹਨੂੰ ਫਰਕ ਕੋਈ ਨਹੀਂ ਪੈ ਰਿਹਾ ਤਾਂ ਫੇਰ ਇਸ ਮੈਥਡ ਵਾਲੋ ਜਾ ਜਾਂਦਾ ਸੋ ਇਹਦਾ ਮੈਡੀਕਲ ਇੰਪੈਕਟ ਡਾਕਟਰ ਕਿਮ ਸ਼ੀ ਜਿਹੜੇ BC ਦੇ ਵਿੱਚ ਕੈਂਸਰ ਦੇ ਚੀਫ ਮੈਡੀਕਲ ਆਫੀਸਰ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ CAR T-cell therapy ਆ ਇਹ ਟ੍ਰੀਟਮੈਂਟ ਦੇ ਵਿੱਚ ਕਾਫੀ ਇੰਪਰੂਵ ਹੋ ਰਹੀ ਆ ਤੇ ਇਹਦੇ ਨਾਲ ਜਿਹੜੀਆਂ ਬਲੱਡ ਕੈਂਸਰ ਦੇ ਵਿੱਚ ਕਾਫੀ ਸੰਭਾਵਨਾ ਹੈ ਕਿ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਇਹ ਕਾਜ ਬਹੁਤ ਵੱਡੀ ਗੱਲ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੇਸ਼ੈਂਟ ਜਿਹੜੇ ਇੱਕ ਮਦਰ ਆ ਉਹ ਦੱਸ ਰਹੀ ਆ ਕਿ ਉਹਨੇ ਆਪਣਾ ਜਿਹੜਾ ਸ਼ੇਅਰ ਕੀਤੀ ਆ ਗੱਲ ਜਿਹਦੇ ਬੱਚੇ ਨੂੰ CAR T-cell therapy ਮਿਲੀ ਸੀ ਉਹ ਕਹਿੰਦੀ ਕਨਵੈਨਸ਼ਨਲ ਟ੍ਰੀਟਮੈਂਟ ਦਿੱਤੀ ਸੀ ਉਹਦੇ ਤੋਂ ਬਾਅਦ ਉਹ ਫੇਲ ਹੋ ਗਈਆਂ ਨਹੀਂ ਚਲੀਆਂ ਕਾਰਟਿਸਲ ਥੈਰੇਪੀ ਦਿੱਤੀ ਗਈ ਉਹਦੀ ਜਿਹੜੀ ਰਿਮਿਸ਼ਨ ਨੂੰ ਕੰਪਲੀਟ ਕਰਨ ਦੇ ਲਈ ਤੇ ਜਿਹਦੇ ਨਾਲ ਉਹ ਇੱਕ ਦੁਬਾਰਾ ਬੱਚਾ ਜਿਹੜਾ ਨਾਰਮਲ ਹੈਲਥੀ ਲਾਈਫ ਜੀ ਰਿਹਾ ਸੋ ਜਿਹੜੀ ਇਹਦੇ ਵਿੱਚ ਪ੍ਰੋਗਰੈਸ ਜਿਹੜਾ ਹੋਣਾ ਇਹ ਜਨਵਰੀ ਦੇ ਵਿੱਚ ਸ਼ੁਰੂ ਹੋਇਆ ਤੇ ਪਹਿਲੀ ਟ੍ਰੀਟਮੈਂਟ ਜਿਹੜੀ ਆ ਉਹ 8 ਮਹੀਨੇ ਦੇ ਵਿੱਚ ਕੀਤੇ ਜਾਣ ਦਾ ਜਿਹੜਾ ਪ੍ਰੈਨ ਬਣ ਰਿਹਾ ਹੈ ਨਾ ਇਹਦੇ ਵਿੱਚ ਜਿਹੜੀ ਇੰਪਲੀਮੈਂਟ ਕਰਨ ਦੇ ਲਈ ਕਾਰਟੀ ਸੈਲ ਥੈਰੇਪੀ ਜਿਹੜੇ ਵਿੱਚ ਸਿਗਨੀਫੀਕੈਂਟ ਇਨਵੈਸਟਮੈਂਟ ਚਾਹੀਦੀ ਹੈ 14.3 ਮਿਲੀਅਨ ਪਹਿਲੇ ਸਾਲ ਦੇ ਵਿੱਚ ਹੁਣ ਇਹ ਲਾਈਫ ਸੇਵਿੰਗ ਪੋਟੈਂਸ਼ੀਅਲ ਆ CAR T ਸੈਲ ਥੈਰੇਪੀ ਇਹ ਡਿਸਕ੍ਰਾਈਬ ਕੀਤੀ ਗਈ ਹੈ ਮੈਰਕਲ ਆਫ ਮਾਡਰਨ ਸਾਇੰਸ ਐਂਡ ਮੈਡੀਸ਼ਨ ਮਤਲਬ ਇਹਨੂੰ ਇਹਨੂੰ ਚਮਤਕਾਰ ਕਿਹਾ ਜਾ ਰਿਹਾ ਕਿ ਇਹਦੇ ਨਾਲ ਉਹ ਚੀਜ਼ ਹੋ ਜੂਗੀ ਜਿਹੜੀ ਪਹਿਲਾਂ ਕਦੇ ਕਿਸੇ ਨੇ ਸੋਚੀ ਨਹੀਂ ਸੀ ਤੇ ਉਹ ਹੁਣ BC ਦੇ ਵਿੱਚ ਇੱਥੇ ਵੈਨਕੂਵਰ ਦੇ ਵਿੱਚ ਜਿਹੜੇ ਕੋਈ ਕੈਂਸਰ ਦੇ ਮਰੀਜ਼ ਆ ਜਿਨ੍ਹਾਂ ਦੇ ਉੱਤੇ ਕੀਮੋਥੈਰੇਪੀ ਜਾਂ ਉਹ ਜਿਹੜੀਆਂ ਰਵਾਇਤੀ ਦਵਾਈਆਂ ਅਸਰ ਕਰਨਾ ਬੰਦ ਕਰ ਦਿੰਦੀਆਂ ਉਹਨਾਂ ਦੇ ਲਈ ਬਹੁਤ ਵੱਡੀ ਜਿਹੜੀ ਇੱਕ ਚੀਜ਼ ਹੋਊਗੀ ਹੁਣ ਇਹਦਾ ਇੰਪੈਕਟ ਕੀ ਆ ਕਿ ਜਿਹੜਾ ਜਿਹੜਾ ਸਪੈਸ਼ਲਾਈਜ਼ੇਸ਼ਨ ਜਿਹੜੀ ਕੈਂਸਰ ਟਰੀਟਮੈਂਟਸ ਆ ਉਹਦੇ ਨਾਲ ਵੱਡਾ ਫਰਕ ਪਊਗਾ ਪੇਸ਼IENTS ਦੀ ਤੇ ਉਹਨਾਂ ਦੇ ਜੀਵਨ ਦੇ ਵਿੱਚ ਸੋ ਹੁਣ 25 ਕੈਂਸਰ ਪੇਸ਼ੈਂਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦੀ ਉਹਨਾਂ ਨੂੰ ਐਕਸੈਸ ਮਿਲ ਸਕੂਗੀ ਮੀਨੋਥੈਰাপি ਆਫੀਸ਼ੀਅਲੀ ਡਿਸਕ੍ਰਾਈਬਡ ਕੀਤੀ ਗਈ ਹੈ ਜਿਹੜੀ ਇੱਕ ਜਾਦੂ ਇੱਕ ਕ੍ਰਿਸ਼ਮਾ ਇੱਕ ਚਮਤਕਾਰ ਸਾਇੰਸ ਦੀ ਦੁਨੀਆ ਦੇ ਵਿੱਚ ਨਿਊਜ਼ ਕਾਨਫਰੰਸ ਐਤਵਾਰ ਨੂੰ ਕੀਤੀ ਸੀ ਉਹਦੇ ਵਿੱਚ ਸਾਡੇ ਪ੍ਰੀਮੀਅਰ ਡੇਵਿਡ ਈ ਵੀ ਤੇ ਹੈਲਥ ਮਿਨਿਸਟਰ ਰੇਡਰਨ ਡਿਕਸ ਅਨਾਉਂਸਮੈਂਟ ਕੀਤੀ 20 ਅਡਲਟ 5 ਬੱਚੇ ਉਹਨਾਂ ਨੂੰ ਇਹ ਐਡਵਾਂਸ ਫਾਰਮ ਦੇ ਵਿੱਚ ਜਿਹੜੇ ਪਹੁੰਚ ਚੁੱਕੇ ਆ ਲਿਓਕੇਮੀਆ ਦੀ ਜਾਂ ਲਿੰਫੋਮਾ ਦੀ ਉਹਨਾਂ ਨੂੰ ਇਹ ਜਿਹੜੀ ਇਲਾਜ ਉਹਨਾਂ ਦਾ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਤੇ ਜਿਨ੍ਹਾਂ ਨੇ ਇਹ ਇਲਾਜ ਕੱਢਿਆ ਬਹੁਤ ਹੀ ਕਮਾਲ ਦਾ ਕੱਢਿਆ ਕਿ ਤੁਹਾਡੀ ਬਾਡੀ ਦੇ ਵਿੱਚੋਂ ਉਹ ਸੈੱਲ ਜਿਹੜੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਰੱਖਦੇ ਆ ਉਹਨਾਂ ਸੈੱਲਾਂ ਨੂੰ ਇਦਾਂ ਲਿਆ ਕੇ ਉੱਥੇ ਰੱਖ ਦੇਣਾ ਕਿ ਉਹਨਾਂ ਨੇ ਆਪਣੇ ਆਪ ਹੀ ਕੈਂਸਰ ਨੂੰ ਖਤਮ ਕਰ ਦੇਣਾ ਅਗਲੀ ਗੱਲ ਬਈ ਦੋਸਤੋ ਸਿਗਰਟ ਦੇ ਬਾਰੇ ਆ ਸਿਗਰਟ ਤੇ ਜਿਹੜੇ ਬੱਟ ਹੁੰਦੇ ਆ ਜਿਹੜੇ ਉਹਦੇ ਟੁਕੜੇ ਹੁੰਦੇ ਆ ਸਿਗਰਟ ਪੀਂਦੇ ਆ ਸਿਗਰਟ ਪੀਣ ਤੋਂ ਬਾਅਦ ਉਹਦਾ ਜਿਹੜਾ ਟੁਕੜਾ ਹੁੰਦਾ ਤੁਹਾਡੇ ਹੱਥ ਦੇ ਨਾਲ ਲੱਗਿਆ ਉਹਨੂੰ ਲੋਕ ਸਿੱਟ ਦਿੰਦੇ ਆ ਉਹ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਪਹਿਲੀ ਗੱਲ ਤੇ ਉਹ ਟੁਕੜੇ ਨੂੰ ਰੋਡ ਤੇ ਕਿਤੇ ਸਿੱਟਣਾ ਹੀ ਨਹੀਂ ਚਾਹੀਦਾ ਸਟਰੀਟ ਦੇ ਉੱਤੇ ਦੂਜੀ ਗੱਲ ਵਾਤ ਉਹਨਾਂ ਨੂੰ ਆਰਡਰ ਹੀ ਗਰ ਵਿੱਚ ਵੀ ਨਹੀਂ ਸਿੱਟਣਾ ਚਾਹੀਦਾ ਉਹਨਾਂ ਦੇ ਲਈ ਖਾਸ ਥਾਵਾਂ ਰੱਖ ਕੇ ਰੱਖੀਆਂ ਜਿੱਥੇ ਉਹਨਾਂ ਨੂੰ ਸਿੱਟਿਆ ਜਾਂਦਾ ਕਿਉਂਕਿ ਉਹਦੇ ਵਿੱਚ ਮਾਈਕਰੋਪਲਾਸਟਿਕ ਹੁੰਦੀ ਆ ਜਿਹੜੀ ਵਾਤਾਵਰਣ ਦੇ ਵਿੱਚ ਜਾ ਕੇ ਬਹੁਤ ਵੱਡੀ ਸਮੱਸਿਆ ਪੈਦਾ ਕਰਦੀ ਆ ਹੁਣ BCSPA ਜਿਹੜੀ ਆ ਉਹ ਇੱਕ ਜਿਹੜਾ ਆਪਣਾ ਰੇਸ ਕਰ ਰਹੀ ਆ ਕਨਸਰਨ ਜਿਹਦੇ ਵਿੱਚ ਉਹ ਇਹ ਕਰ ਰਹੇ ਆ ਕਿ ਕੈਨਾਬਸ ਸਿਗਰੇਟਸ ਜਿਹੜੀਆਂ ਸਿਗਰੇਟ ਬੱਟਸ ਨੇ ਪੰਗ ਪੀਤੀ ਹੁੰਦੀ ਆ ਤੇ ਉਹਦੀ ਤੋਂ ਬਾਅਦ ਮੋੜੋ ਸੈਕ੍ਰੇਟ ਦੇ ਵਿੱਚ ਪਾ ਕੇ ਕਈ ਕੁਸ਼ ਪੀਂਦੇ ਆ ਤੇ ਉਹਦਾ ਜਿਹੜਾ ਬਾਟਾ ਜਿਹੜੇ ਸਾਈਡ ਵਾਕ ਦੇ ਉੱਤੇ ਡੌਗ ਪਾਰਕ ਦੇ ਵਿੱਚ ਸਿੱਟ ਦਿੱਤੇ ਜਾਂਦੇ ਆ ਤੇ ਜਦੋਂ ਉਹ ਜਿਹੜੇ ਡੌਗ ਨੇ ਉਹਨਾਂ ਨੂੰ ਕੰਜ਼ਿਊਮ ਕਰ ਲੈਂਦੇ ਆ ਤੇ ਉਹਦੇ ਤੋਂ ਬਾਅਦ ਉਹ ਜ਼ਹਿਰ ਫੈਲ ਜਾਂਦੇ ਉਹਨਾਂ ਦੇ ਅੰਦਰ ਕਲੋਨਾ ਦੇ ਵਿੱਚ ਇੱਕ ਘਟਨਾਵਾ ਵਾਪਰੀਆ 6 ਸਾਲ ਦਾ ਕੋਕਰ ਸਨੇਪੀਆ ਜੋਏ ਤੇ 10 ਹਫ਼ਤੇ ਦਾ 올ਡ ਜਿਹੜਾ ਚਾਕਲੇਟ ਲੈਬ ਪੱਪੀ ਆ ਉਹਨਾਂ ਨੂੰ ਇਹ ਜਿਹੜੇ ਡਿਸਕਾਰਡਡ ਐਂਡ ਸੀਗੇ ਕੈਨਾਬਸ ਸਿਗਰਟ ਤੇ ਉਹਨਾਂ ਨੇ ਜਿਹੜੇ ਇਹ ਕੰਜ਼ਿਊਮ ਕਰ ਲਏ ਤੇ ਉਹਦੇ ਤੋਂ ਬਾਅਦ ਬਹੁਤ ਜ਼ਿਆਦਾ ਬਿਮਾਰ ਹੋ ਗਏ ਜਾਨਵਰ ਤੁਰਿਆ ਜਾਂਦਾ ਕਿਤੇ ਵੀ ਮੂੰਹ ਮਾਰ ਸਕਦਾ ਤੇ ਕੁਝ ਵੀ ਮੂੰਹ ਦੇ ਵਿੱਚ ਪਾ ਲੈਂਦਾ ਤੇ ਜਦੋਂ ਇਹਨਾਂ ਦੇ ਅੰਦਰ ਚਲਾ ਜਾਂਦਾ ਤੇ ਉਹਦਾ ਇਲਾਜ ਕੋਈ ਨਹੀਂ ਉਹਦੇ ਤੋਂ ਬਾਅਦ ਫਿਰ ਇਹਨਾਂ ਦਾ ਜਿਹੜੀ ਪਾਚਨ ਪ੍ਰਣਾਲੀ ਆ ਉਹ ਸਾਰੀ ਗੜਬੜ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਜਿਹੜੇ ਕਈ ਵਾਰੀ ਉਹ ਇਹ ਡੌਗ ਬਿਮਾਰ ਹੋਏ ਆ ਤੇ ਜਿਹੜੇ ਇਹ ਜੋਇੰਟ ਬੱਟ ਸਿਆ ਉਹਨਾਂ ਦੇ ਖਾਣ ਦੇ ਨਾਲ ਦੋ ਵੇਲਿਆਂ ਦੇ ਉੱਤੇ ਤੇ ਉਹ ਦੱਸ ਰਹੇ ਆ ਕਿ ਇਹ ਬੱਟ ਜਿਹੜੇ ਇਹਨਾਂ ਨੂੰ ਖਾਦੇ ਆ ਕਿਉਂਕਿ ਇਹਦੇ ਨਾਲ ਬਹੁਤ ਸਵियर ਰਿਐਕਸ਼ਨ ਹੋਏ ਆ ਵੋਮਿਟਿੰਗ ਉਹਨਾਂ ਦਾ ਕੰਟਰੋਲ ਨਹੀਂ ਰਹਿੰਦਾ ਲੱਤਾਂ ਪਾਰ ਨਹੀਂ ਚਲਦੀਆਂ ਤੇ ਦੂਜੇ ਪਾਸੇ ਕੁਝ ਹੋਰ ਸਮੱਸਿਆਵਾਂ ਇਹਨਾਂ ਨੂੰ ਆਉਣ ਲੱਗ ਜਾਂਦੀਆਂ ਜਾਂ ਜਿਵੇਂ ਦੌਰੇ ਜੇ ਪੈਂਦੇ ਹੁੰਦੇ ਆ ਉਸ ਤਰੀਕੇ ਦੇ ਨਾਲ ਹੋ ਜਾਂਦਾ ਹੁਣ ਇਹਨਾਂ ਨੂੰ ਜਿਹੜੇ ਮਾਲਕ ਆ ਚਾਹੇ ਡੌਗ ਪਾਰਕ ਦੇ ਵਿੱਚ ਸ਼ੈਅ ਕਰਾ ਰਹੇ ਹੋਵੇ ਚਾਹੇ ਸਾਈਡ ਵਾਕ ਦੇ ਉੱਤੇ ਸ਼ੈਅ ਕਰ ਰਹੇ ਆ ਇਹਨਾਂ ਨੂੰ ਦੇਖਣਾ ਪੈਂਦਾ ਵੀ ਕਿਤੇ ਇਹ ਜਿਹੜਾ ਡੌਗ ਆ ਉਹ ਚੱਕ ਕੇ ਕੁਝ ਮੂੰਹ ਦੇ ਵਿੱਚ ਤਾਂ ਨਹੀਂ ਪਾਰਿਆ ਸੋ ਇਹ ਇੱਕ ਵੱਡੀ ਸਮੱਸਿਆ ਇਸ ਵੇਲੇ ਪੈਦਾ ਹੋ ਰਹੀ ਹੈ ਜਿਹਦੇ ਬਾਰੇ ਲੋਕਾਂ ਨੂੰ ਕਿਹਾ ਵੀ ਜਾ ਰਿਹਾ ਕਿ ਤੁਸੀਂ ਘਟੋ ਘਟੇ ਇਸ ਗੱਲ ਦਾ ਖਿਆਲ ਰੱਖੋ ਤੁਸੀਂ ਜਿਹੜਾ ਇਹਨੂੰ ਜਿੱਥੇ ਰੱਖਣਾ ਆ ਉਹਨਾਂ ਨੂੰ ਉੱਥੇ ਸਿੱਟੋ ਉਹਦੇ ਤੋਂ ਬਾਅਦ ਜਿਹੜੀਆਂ ਨਾ ਡੌਗਸ ਨੂੰ ਸਮੱਸਿਆਵਾਂ ਆਉਂਦੀਆਂ ਆ ਤੇ ਦੂਜੀਆਂ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ ਆ ਉਹ ਇੱਕ ਬਹੁਤ ਵੱਡੀ ਸਮੱਸਿਆ ਇਸ ਮੇਰੇ ਦੇਖਣ ਨੂੰ ਮਿਲ ਰਹੀ ਹੈ ਜਿਹਦਾ ਕਿ ਖਿਆਲ ਰੱਖਿਆ ਜਾਣਾ ਚਾਹੀਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ